ਕੀ ਹਾਲ ਨੇ ਮੋਹਨ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਅੱਜ ਫਿਰ ਪਾਪੂਲਰ ਸੌਂਗਸ ਵਾਲਾ ਰਾਊਂਡ ਹੈ। ਤੁਸੀਂ ਪਹਿਲੇ ਕੰਟੈਸਟੈਂਟ ਹੋ, ਕਿਹੜਾ ਗਾਣਾ ਫਿਰ ਸੁਣਾਓਗੇ ਸਾਨੂੰ? ਮੈਂ ਸੁਣਾ ਰਿਹਾ ਜੀ, ਕਿਹੜੇ ਪਿੰਡ ਦੀ ਤੂੰ ਨੀ ਮੈਨੂੰ ਦੱਸ। ਹਾਏ ਹਾਏ, ਕੀ ਬਾਤ ਹੈ ਜੀ, ਕੀ ਬਾਤ ਹੈ। ਲਓ ਜੀ ਫਿਰ ਸ਼ੁਰੂਆਤ ਤਾਂ ਹੋਣ ਲੱਗੀ ਜੀ, ਬਹੁਤ ਹੀ ਵਧੀਆ ਗਾਣੇ ਤੋਂ। ਲਵ ਯੂ ਮੁੰਡਿਆ, ਚੱਕ ਦੇ ਫੱਟੇ, ਠੀਕ ਆ? ਥੈਂਕ ਯੂ, ਬੈਸਟ ਆਫ ਲੱਕ। ਥੈਂਕ ਯੂ, ਆਲ ਦ ਬੈਸਟ ਵੀਰੇ। ਥੈਂਕ ਯੂ। ਮੈਨੂੰ ਪਤਾ ਆਵਾਜ਼ ਥੋੜੀ ਠੀਕ ਨਹੀਂ ਅੱਜ, ਲੇਕਿਨ ਉਹਦੇ ਬਾਵਜੂਦ ਅੱਛਾ ਗਾਇਆ। ਸਾਡੇ ਵੱਡੇ ਭਾਜੀ ਅਮਰਦੀਪ ਗਿੱਲ ਦਾ ਲਿਖਿਆ ਹੋਇਆ ਗਾਣਾ ਤੇ ਲੈਂਬਰ ਭਾਜੀ ਦਾ ਗਾਇਆ ਹੋਇਆ, ਬਹੁਤ ਸੁਪਰ ਹਿੱਟ ਗਾਣਾ ਹੈ ਤੇ ਬਹੁਤ ਮਜ਼ਾ ਆਇਆ। ਇੱਦਾਂ ਹੀ ਬਸ ਸਭ ਨੂੰ ਹਸਾਉਂਦੇ ਰਹੋ, ਨਚਾਉਂਦੇ ਰਹੋ। ਗੋਡ ਬਲੈਸ ਯੂ। ਲਖਵਿੰਦਰ ਭਾਜੀ, ਇੱਕ ਚੀਜ਼ ਦਾ ਧਿਆਨ ਰੱਖਿਆ ਕਰੋ, ਜਦੋਂ ਕੰਪੀਟੀਸ਼ਨ ਹੁੰਦਾ ਨਾ ਉਦੋਂ ਤੁਹਾਨੂੰ ਬਹੁਤ ਇਸ ਚੀਜ਼ 'ਤੇ ਧਿਆਨ ਦੇਣਾ ਚਾਹੀਦਾ। ਉਹਦਾ ਕਾਰਨ ਇਹ ਹੈ ਕਿ ਤੁਸੀਂ ਲਗਾਤਾਰ ਇੱਕੋ ਸਕੇਲ ਦੇ ਉੱਤੇ, ਕਿਹੜਾ ਸਕੇਲ ਸੀਗਾ ਤੁਸੀਂ ਹੁਣ ਜਿਹੜੇ 'ਤੇ ਗਾ ਰਹੇ ਸੀ? ਦੂਜੇ ਗਾਲੇ, ਦੂਜੇ ਗਾਲੇ 'ਤੇ ਸਕੇਲ। ਇਹ ਕੋਈ ਛੋਟਾ ਸਕੇਲ ਨਹੀਂ ਹੈ, ਇਹਦੇ 'ਤੇ ਬਹੁਤ ਜ਼ੋਰ ਲੱਗਦਾ ਗਾਉਣ ਨੂੰ, ਔਰ ਇੰਨਾ ਜ਼ੋਰ ਤੁਸੀਂ ਹਰ ਵਾਰ ਪ੍ਰੈਕਟਿਸ 'ਚ ਵੀ ਲਾਈ ਜਾਓਗੇ ਤਾਂ ਮੇਰੇ ਖਿਆਲ 'ਚ ਇੱਥੇ ਤੁਸੀਂ ਉਨਾ ਅੱਛਾ, ਤੁਹਾਡਾ ਗਲਾ ਪਰਫੋਰਮ ਨਹੀਂ ਕਰ ਪਾਏਗਾ, ਉਨਾ ਅੱਛਾ ਤੁਸੀਂ ਨਹੀਂ ਗਾ ਪਾਓਗੇ, ਕਿਉਂਕਿ ਗਲਾ ਪਹਿਲਾਂ ਹੀ ਤੁਸੀਂ ਜ਼ੋਰ ਲਾ ਦੋਗੇ, ਹੈ ਨਾ? ਅਤੇ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਤੁਸੀਂ ਪ੍ਰੈਕਟਿਸ ਕਰਦੇ ਹੋ ਨਾ, ਰਿਆਜ਼ ਕਰਦੇ ਹੋ, ਉਦੋਂ ਸਕੇਲ ਨੀਵਾਂ ਕਰ ਲਿਆ ਕਰੋ ਜਾਂ ਫਿਰ ਉਹਨੂੰ ਤੁਸੀਂ ਥੱਲੇ ਗਾ ਲਿਆ ਕਰੋ, ਹੈ ਨਾ? ਇੱਕ ਵਾਰ ਪ੍ਰੈਕਟਿਸ ਦੇਖ ਲਈ ਵੀ ਹਾਂ ਮੇਰਾ ਟੋਨ, ਮੇਰਾ ਗਲਾ, ਮੇਰਾ ਸੁਰ ਸਭ ਕੁਝ ਪਰਫੈਕਟ ਹੈ, ਅਦਰਵਾਈਜ਼ ਚੈੱਕ ਕਰ ਲਿਆ ਕਰੋ, ਫਿਰ ਇੱਥੇ ਆ ਕੇ ਤੁਹਾਨੂੰ ਪ੍ਰੋਬਲਮ ਨਹੀਂ ਆਏਗੀ। ਸਲਾਹ ਹੈ ਤੁਹਾਡੇ ਲਈ। ਥੈਂਕ ਯੂ, ਥੈਂਕ ਯੂ, ਜਿਉਂਦੇ ਵਸਦੇ ਰਹੋ। ਸਲੀਮ ਭਾਜੀ, ਮੈਂ ਵੀ ਇਹੀ ਕਹਿਣਾ। ਮੋਹਨ, ਤੁਸੀਂ ਬਹੁਤ ਸੁਰੀਲੇ ਹੋ, ਗਲੇ ਦਾ ਧਿਆਨ ਰੱਖਿਆ ਕਰੋ, ਬਸ ਮੈਂ ਇੰਨਾ ਕਹਿਣਾ। ਬਾਕੀ ਗਾਣਾ ਤੁਸੀਂ ਸਾਰੇ ਸੁਰੀਲੇ ਹੋ, ਤੁਸੀਂ ਵੀ ਸੁਰੀਲੇ ਹੋ, ਆ ਜਿੰਨੇ ਬੈਠੇ ਪੰਜ ਇਹ ਵੀ ਸਾਰੇ ਸੁਰੀਲੇ ਹੀ ਨੇ, ਹੈ ਨਾ? ਪਰ ਇਹ ਕੰਪੀਟੀਸ਼ਨ ਹੈ, ਕੰਪੀਟੀਸ਼ਨ ਵਿੱਚ ਹਰ ਇੱਕ ਚੀਜ਼ ਨੋਟ ਹੁੰਦੀ ਹੈ, ਗਲਾ ਵੀ ਨੋਟ ਹੁੰਦਾ ਹੈ, ਤੁਹਾਡੀ ਵਰਡਿੰਗ ਵੀ ਨੋਟ ਹੁੰਦੀ ਹੈ, ਤੁਸੀਂ ਕੀ ਬੋਲ ਰਹੇ ਹੋ, ਹੈ ਨਾ? ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ, ਮਿਹਰਬਾਨੀ। ਥੈਂਕ ਯੂ ਜੀ, ਬਹੁਤ ਬਹੁਤ। ਥੈਂਕ ਯੂ ਸੋ ਮਚ ਜੱਜਸ, ਅਤੇ ਐਵਰੇ ਆਲ ਦਾ ਵੈਰੀ ਬੈਸਟ ਅੱਗੇ ਲਈ ਵੀ। ਤਾੜੀਆਂ ਮਾਰਦੇ ਮੁੰਡੇ ਲਈ ਵੀ।